ਸ਼੍ਰੀਕਾਲ ਦੋਸਤੋ ਦੋਸਤੋ ਅੱਜ ਅਸੀਂ ਸਾਡੇ ਅੰਦਰ ਪ੍ਰਵਾਹਿਤ ਹੋਣ ਵਾਲੀ ਊਰਜਾ ਸਾਡੇ ਅੰਦਰ ਪ੍ਰਵਾਹਿਤ ਹੋਣ ਵਾਲੀ ਸ਼ਕਤੀ ਦੇ ਬਾਰੇ ਗੱਲ ਕਰਾਂਗੇ। ਸੋ ਜੋ ਸਾਡੇ ਅੰਦਰ ਸ਼ਕਤੀ ਪ੍ਰਵਾਹਿਤ ਹੁੰਦੀ ਜਾਂ ਊਰਜਾ ਪ੍ਰਵਾਹਿਤ ਹੁੰਦੀ ਹੈ, ਇਹ ਇੱਕ ਹੀ ਤਰ੍ਹਾਂ ਦੀ ਊਰਜਾ ਹੈ, ਇੱਕੋ ਹੀ ਸ਼ਕਤੀ ਹੈ। ਜੇਕਰ ਇਹ ਸ਼ਕਤੀ ਇਹ ਊਰਜਾ ਅਸੀਂ ਉੱਪਰ ਤੋਂ ਹੇਠਾਂ ਵੱਲ ਨੂੰ ਸਾਡੇ ਵਿੱਚ ਪ੍ਰਵਾਹਿਤ ਹੋਵੇ ਤਾਂ ਇਹ ਕਾਮ ਸ਼ਕਤੀ ਬਣ ਜਾਂਦੀ ਹੈ, ਸੈਕਸ ਬਣ ਜਾਂਦੀ ਹੈ, ਕਾਮ ਕ੍ਰੀੜਾ ਬਣ ਜਾਂਦੀ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਤਕਰੀਬਨ 98-99% ਲੋਕਾਂ ਦੇ ਵਿੱਚ ਇਹ ਸ਼ਕਤੀ ਪ੍ਰਬਲ ਹੈ। ਲੋਕਾਂ ਵਿੱਚ ਕਾਮ ਵਾਸਨਾ ਵਧੀ ਹੋਈ ਹੈ, ਕੰਨ ਰਸੀ, ਕਾਮ ਰਸੀ, ਜ਼ੁਬਾਨ ਰਸੀ, ਅੱਖਾਂ ਦਾ ਰਸ, ਇਹ ਵਧਿਆ ਹੋਇਆ। ਖਾਣਾ ਪੀਣਾ, ਇੱਥੋਂ ਤੱਕ ਇਨਸਾਨ ਸੀਮਤ ਰਹਿ ਗਿਆ। ਸੋ ਜੇਕਰ ਇਸੇ ਊਰਜਾ ਨੂੰ ਹੇਠਾਂ ਤੋਂ ਉੱਪਰ ਵੱਲ ਨੂੰ ਪ੍ਰਵਾਹਿਤ ਕੀਤਾ ਜਾਵੇ ਤਾਂ ਇਹ ਅਧਿਆਤਮਿਕ ਊਰਜਾ ਬਣ ਜਾਂਦੀ ਹੈ, ਬ੍ਰਹਿਮੰਡ ਦੀ ਊਰਜਾ ਬਣ ਜਾਂਦੀ ਹੈ, ਜੋ ਸਾਡੀ ਕੁੰਡਲੀ ਨੂੰ ਐਕਟਿਵ ਕਰਦੀ ਹੈ, ਅਸੀਂ ਬ੍ਰਹਿਮੰਡ ਦੀ ਸ਼ਕਤੀਆਂ ਨੂੰ ਪ੍ਰਾਪਤ ਕਰ ਲੈਂਦੇ ਹਾਂ। ਬਸ ਇਸੇ ਊਰਜਾ ਦੇ ਅਸੀਂ ਵੇਗ ਨੂੰ ਬਦਲਣਾ, ਪ੍ਰਵਾਹਨ ਨੂੰ ਬਦਲਣਾ। ਜਦੋਂ ਅਸੀਂ ਆਪਣੀ ਊਰਜਾ ਦੇ ਵੇਗ ਨੂੰ ਬਦਲ ਲਿਆ, ਇਸ ਸ਼ਕਤੀ ਦੇ ਪ੍ਰਵਾਹ ਨੂੰ ਬਦਲ ਲਿਆ, ਇਹ ਸ਼ਕਤੀ ਹੇਠਾਂ ਤੋਂ ਉੱਪਰ ਵੱਲ ਨੂੰ ਜਦੋਂ ਪ੍ਰਵਾਹਿਤ ਹੋਣ ਲੱਗ ਗਈ ਤਾਂ ਅਸੀਂ ਬ੍ਰਹਮ ਦੀਆਂ ਸ਼ਕਤੀਆਂ ਦੇ ਮਾਲਕ ਬਣ ਜਾਂਦੇ ਹਾਂ। ਅਸੀਂ ਉਹ ਹਰ ਇੱਕ ਕੰਮ ਨੂੰ ਕਰਨ ਦੇ ਕਾਬਿਲ ਹੋ ਜਾਂਦੇ ਹਾਂ ਜੋ ਅਸੰਭਵ ਹੁੰਦਾ ਹੈ। ਪਰ ਅਸੀਂ ਆਪਣੀ ਇਸ ਊਰਜਾ ਦੇ ਇਸ ਵੇਗ ਨੂੰ ਬਦਲੀਏ ਕਿਵੇਂ, ਇਸ ਰਸਤੇ ਨੂੰ ਬਦਲੀਏ ਕਿਵੇਂ? ਸਭ ਤੋਂ ਪਹਿਲਾਂ ਸਾਨੂੰ ਆਪਣੇ ਉੱਪਰ ਤੋਂ ਹੇਠਾਂ ਵੱਲ ਵਹਿੰਦੀ ਹੋਈ ਇਸ ਊਰਜਾ ਨੂੰ ਸਮਝਣਾ ਹੋਵੇਗਾ। ਅਸੀਂ ਦੇਖਣਾ ਹੈ ਕਿ ਕਿਸ ਵਜ੍ਹਾ ਦੇ ਕਰਕੇ ਅਸੀਂ ਮਨ ਦੇ ਵਿੱਚ ਵਿਕਾਰਾਂ ਨੂੰ ਪੈਦਾ ਕੀਤਾ ਸੀ, ਕਾਮ ਤ੍ਰਿਸ਼ਨਾ ਨੂੰ ਕਿਵੇਂ ਅਸੀਂ ਖਤਮ ਕਰਨਾ ਹੈ। ਇਹ ਵਿਚਾਰ ਅਸੀਂ ਤੁਹਾਡੇ ਸਾਹਮਣੇ ਰੱਖਣ ਰਹੇ ਹਾਂ। ਆਪਣੇ ਆਪ ਦੇ ਮਾਨਸਿਕ ਵਿਕਾਰਾਂ ਨੂੰ ਸਮਝਣ ਲਈ ਸਾਨੂੰ ਆਪਣੇ ਸਵਾਸਾਂ ਦੀ ਗਤੀ ਨੂੰ ਸਥਾਨਿਤ ਕਰਨਾ ਹੋਵੇਗਾ, ਇਸ ਨੂੰ ਆਪਣੇ ਵਸ ਵਿੱਚ ਕਰਨਾ ਹੋਵੇਗਾ। ਆਪਣੇ ਆਪ ਨੂੰ ਸਮਾਂ ਦੇਣਾ, ਆਪਣੇ ਅੰਦਰ ਦੇ ਵਿਕਾਰਾਂ ਨੂੰ ਸਮਝਣਾ, ਦਬਾਉਣਾ ਨਹੀਂ, ਜੋ ਚੀਜ਼ ਸਾਨੂੰ ਡਰਾ ਰਹੀ ਹੈ ਉਸ ਦਾ ਸਾਹਮਣਾ ਕਰਨਾ, ਜੋ ਚੀਜ਼ ਸਾਨੂੰ ਭੜਕਾ ਰਹੀ ਹੈ ਉਸ ਦਾ ਸਾਹਮਣਾ ਕਰਨਾ। ਇਹ ਜਦੋਂ ਅਸੀਂ ਇਹ ਵਾਸਨਾਵਾਂ ਦਾ, ਇਹਨਾਂ ਕਿਰਿਆਵਾਂ ਦਾ, ਇਸ ਤਰ੍ਹਾਂ ਦੇ ਕਾਮ ਕਿਰਿਆਵਾਂ ਦਾ ਸਾਹਮਣਾ ਕਰਨਾ ਸਿੱਖ ਲਿਆ, ਇਸ ਨੂੰ ਸਮਝਣਾ ਸਿੱਖ ਲਿਆ, ਤਾਂ ਸਾਡੀ ਊਰਜਾ ਹੇਠਾਂ ਤੋਂ ਉੱਪਰ ਵੱਲੋਂ ਪ੍ਰਵਾਹਿਤ ਹੋਣੀ ਸ਼ੁਰੂ ਹੋ ਜਾਏਗੀ। ਸਾਡੇ ਅੰਦਰ ਗਿਆਨ ਦੀ ਚਿੰਗਾਰੀ ਜਗ ਪਵੇਗੀ। ਆਪਣੇ ਆਪ ਦੇ ਵਿੱਚ ਅਸੀਂ ਊਰਜਾ ਦੇ ਸਹੀ ਵੇਗ ਨੂੰ ਸਮਝ ਸਕਾਂਗੇ। ਸੋ ਆਪਣੇ ਆਪ ਦੀ ਊਰਜਾ ਨੂੰ ਸਮਝਣ ਦੇ ਲਈ ਆਪਣੇ ਸਵਾਸਾਂ ਦੀ ਗਤੀ ਨੂੰ ਸਮਝਣਾ ਹੋਵੇਗਾ, ਆਪਣੇ ਸਵਾਸਾਂ ਨੂੰ ਬੜੇ ਹੀ ਧਿਆਨਪੂਰਵਕ ਜਾਣਨਾ ਹੋਵੇਗਾ, ਵੇਖਣਾ ਹੋਵੇਗਾ ਅਸੀਂ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਇਸ ਊਰਜਾ ਨੂੰ ਹੇਠ ਤੋਂ ਉੱਪਰ ਵੱਲ ਪ੍ਰਵਾਹਿਤ ਕਰਨਾ। ਤਾਂ ਸਾਨੂੰ ਆਪਣੇ ਆਪ ਨੂੰ ਸਮਾਂ ਦੇਣਾ ਹੋਵੇਗਾ। ਜਿਵੇਂ ਜਿਵੇਂ ਅਸੀਂ ਸਵਾਸਾਂ ਨੂੰ ਸਮਝਾਂਗੇ, ਆਪਣੀ ਕੁੰਡਲੀ ਦੀਆਂ ਸ਼ਕਤੀਆਂ ਨੂੰ ਸਮਝਾਂਗੇ, ਤਾਂ ਸਾਡੇ ਅੰਦਰ ਇਹ ਕਾਮ ਦੀਆਂ ਜੋ ਸ਼ਕਤੀਆਂ ਨੇ ਜਾਂ ਕਾਮ ਊਰਜਾ ਹੈ, ਇਹ ਊਰਜਾ ਬਦਲਦੀ ਸਾਡੇ ਵਿੱਚ ਅਧਿਆਤਮਿਕ ਊਰਜਾ ਦਾ ਰੂਪ ਧਾਰਨ ਕਰ ਲਵੇਗੀ। ਸਾਡੇ ਵਿੱਚ ਕਾਮ ਦੀ ਪੂਰਤੀ ਸਿਰਫ ਕੁਝ ਸਮੇਂ ਦੀ ਜ਼ਰੂਰਤ ਲਈ ਹੋਵੇ। ਸੋ ਇਸ ਨੂੰ ਸਮਝਣ ਅਤੇ ਜਾਣਨ ਦੇ ਲਈ ਸਾਨੂੰ ਆਪਣੇ ਆਪ ਨੂੰ ਸਵਾਸਾਂ ਦੇ ਇਸ ਗੇੜ ਨੂੰ ਸਮਝਣਾ ਹੋਵੇਗਾ, ਧਿਆਨ ਦੀਆਂ ਵਿਧੀਆਂ ਨੂੰ ਸਿੱਖਣਾ ਹੋਵੇਗਾ। ਧਿਆਨ ਦੇ ਰਾਹੀਂ ਹੀ ਅਸੀਂ ਇਸ ਸਭ ਕਿਰਿਆਵਾਂ ਨੂੰ ਸਮਝ ਸਕਦੇ ਹਾਂ। ਸੋ ਆਪਣੇ ਊਰਜਾ ਦੇ ਇਸ ਵੇਗ ਨੂੰ ਬਦਲਣ ਦੇ ਲਈ, ਆਪਣੇ ਸਵਾਸਾਂ ਦੀ ਗਤੀ ਨੂੰ ਸਮਝਣਾ, ਆਪਣੇ ਸਵਾਸਾਂ ਦੇ ਵੇਗ ਨੂੰ ਸਮਝਣਾ, ਅਸੀਂ ਜ਼ਿੰਦਗੀ ਵਿੱਚ ਬਹੁਤ ਅੱਗੇ ਵਧਾਂਗੇ। ਆਪਣੇ ਮਨ ਨੂੰ ਕਰਮ ਕਾਂਡਾਂ ਤੋਂ ਮੁਕਤ ਕਰਕੇ ਆਜ਼ਾਦ ਜ਼ਿੰਦਗੀ ਦਾ ਨਿਰਵਾਹ ਕਰਨਾ, ਆਜ਼ਾਦ ਜ਼ਿੰਦਗੀ ਨੂੰ ਜਿਉਣਾ। ਸੋ ਆਪਣੇ ਊਰਜਾ ਨੂੰ ਸਮਝਣਾ, ਆਪਣੇ ਕਾਮ ਵਾਸਨਾ ਨੂੰ ਸਮਝ ਕੇ ਉਸ ਨੂੰ ਅਧਿਆਤਮਿਕ ਊਰਜਾ 'ਚ ਬਦਲਣ ਦੇ ਲਈ ਧਿਆਨ ਸਮਾਧੀ ਜ਼ਰੂਰ ਕਰਨ। ਅਗਰ ਤੁਸੀਂ ਵੀ ਚਾਹੁੰਦੇ ਹੋ ਤਾਂ ਧਿਆਨ ਸਮਾਧੀ ਦੇ ਰਾਹੀਂ ਅਸੀਂ ਅੱਗੇ ਵਧੀਏ, ਕਾਮ ਤੋਂ ਅਸੀਂ ਅਧਿਆਤਮਿਕ ਹੋਈਏ, ਤਾਂ ਸਾਡੇ ਨਾਲ ਬਣੇ ਰਹੋ। ਧੰਨਵਾਦ। ਅੱਜ ਦੇ ਲਈ ਇੰਨਾ ਹੀ।